ਇੱਕ ਮੰਦਾਰੀ ਹੁੰਦਾ, ਉਹਦੇ ਕੋਲ ਇੱਕ ਬਾਂਦਰੀ ਹੁੰਦੀ ਹੈ, ਇੱਕ ਬਾਂਦਰ ਹੁੰਦਾ, ਉਹ ਜਿਵੇਂ ਮਤਲਬ ਨਚਾਉਂਦਾ ਡੰਡੇ ਨਾਲ ਉਵੇਂ ਉੱਪਰ ਨੱਚਦੇ ਨੇ। ਇਹੀ ਇਹ ਦੋ ਲੀਡਰ ਜੇ ਮੈਂ ਗੱਲ ਕਹਿੰਦਾ ਕੰਗਣਾ ਅਤੇ ਬਿੱਟੂ, ਜਿਵੇਂ ਉਹਨੂੰ ਸੈਂਟਰ ਸਰਕਾਰ ਨਚਾਉਂਦੀ ਹੈ ਉਹ ਮਦਾਰੀ ਹੈ, ਇਹ ਉਵੇਂ ਉੱਪਰ ਨੱਚਦੇ ਨੇ। ਇਹ ਬਿਆਨ ਕੰਗਣਾ ਦਾ ਆਪਦਾ ਨਹੀਂ, ਇਹ ਸੈਂਟਰ ਸਰਕਾਰ ਦਾ ਬਿਆਨ ਹੈ। ਫਿਲਮੀ ਅਦਾਕਾਰਾ ਕੰਗਣਾ ਰਣੌਤ ਹਮੇਸ਼ਾ ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਕਿ ਨਵਾਂ ਜਿਹੜਾ ਬਿਆਨ ਕਿਸਾਨਾਂ ਨੂੰ ਲੈ ਕੇ ਦਿੱਤਾ ਗਿਆ ਗਾ ਉਸਨੂੰ ਲੈ ਕੇ ਜਿਹੜਾ ਕਾਫੀ ਕਿਸਾਨ ਨੇਤਾਵਾਂ ਵੱਲੋਂ ਕਿਸਾਨਾਂ ਵੱਲੋਂ ਜਿਹੜਾ ਵਿਰੋਧ ਜਿਹੜਾ ਜਤਾਇਆ ਜਾ ਰਿਹਾ। ਸਾਡੇ ਨਾਲ ਨੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਖੁੰਡੇਵਾਲਾ ਬਾਬਾ ਰੁਦੂ ਸਿੰਘ ਮਾਨਸਾ, ਗੱਲਬਾਤ ਕਰਾਂਗੇ ਇਸ ਮੁੱਦੇ ਨੂੰ ਲੈ ਕੇ। ਪ੍ਰਧਾਨ ਜੀ ਸਵਾਗਤ ਹੈ ਪਹਿਲਾਂ ਤਾਂ ਪੰਜਾਬ ਸਰਕਾਰ। ਪ੍ਰਧਾਨ ਜੀ ਕੀ ਕਹੋਗੇ, ਹਮੇਸ਼ਾ ਦੇਖਿਆ ਜਾਂਦਾ ਕਿਸਾਨਾਂ ਦੇ ਖਿਲਾਫ ਜਿਹੜੇ ਬਿਆਨ ਲਗਾਤਾਰ ਜਿਹੜੇ ਵੱਧਦੇ ਜਾ ਰਹੇ, ਹੁਣ ਕੰਗਣਾ ਰਣੌਤ ਵੱਲੋਂ ਇੱਕ ਫਿਰ ਜਿਹੜਾ ਬਿਆਨ ਦਿੱਤਾ ਗਿਆ ਕਿਸਾਨਾਂ ਦੇ ਉੱਪਰ, ਕਿਸਾਨ ਨੇਤਾਵਾਂ ਦੇ ਉੱਪਰ, ਕਿਵੇਂ ਦੇਖਦੇ? ਸਰਬਸਕਾਰ ਵੀ ਜੇ ਕਹਿੰਦੀ ਇੱਕ ਇਹ ਵਪਾਰ ਕਾਰੋਬਾਰ ਹੈ ਉਹਨੂੰ ਚੜ੍ਹਾਉਣ ਵਾਸਤੇ ਬਦੋਬਸਤ ਦੇ ਵਿੱਚ ਰਹਿੰਦੀ ਹੈ। ਪਹਿਲਾਂ ਵੀ ਇੱਕ ਕੁੜੀ ਜਿਹੜੀ ਕੁਛ ਜੀ ਉਹਦੇ ਨਾਲ ਇਹ ਮਤਲਬ ਬਦਸਲ ਕੀ ਬੋਲਿਆ, ਉਹਨੂੰ ਉਦੋਂ ਬਾਅਦ ਵਿੱਚ ਆਈ। ਫਿਰ ਗੁਰਲਣ ਚੱਪਦੇ 'ਚ ਇੱਕ ਸਾਡੀ ਮਾਤਾ ਦੇ ਖਿਲਾਫ ਬਿਆਨ ਦਿੱਤਾ ਵੀ 10-100 ਰੁਪਏ ਦਿਹਾੜੀ ਚਾਹੀਏ, ਉਦੋਂ ਬਾਅਦ ਵਾਰ ਦੇ ਵਿੱਚ ਆਈ। ਹੁਣ ਇਹਨੇ ਦੁਬਾਰੇ ਫਿਰ ਕਿਸਾਨਾਂ ਖਿਲਾਫ ਬਿਆਨ, ਮੁਸਲਮਾਨਾਂ ਖਿਲਾਫ, ਜੋ ਵੀ ਲੋਕਾਂ ਦੇ ਖਿਲਾਫ ਬਿਆਨ ਦਿਆ, ਇਹ ਆਪਦੀ ਫਿਲਮ ਨੂੰ ਚੜ੍ਹਾਉਣ ਨੂੰ ਖਿੱਚਿਆ ਵੀ ਵੱਧ ਲੋਕ ਦੇਖਣ ਵੀ ਕੰਗਣਾ ਕੀ ਚੀਜ਼ ਹੈ। ਇਹਨੂੰ ਭੁਲੇਖਾ ਹੈ, ਪਹਿਲਾਂ ਨਾਲ ਲੋਕ ਸਿਆਣੇ ਨੇ ਇਹੋ ਜਿਹੇ ਬਾਗਵਾਦ ਦੇ ਉੱਤੇ ਲੋਕ ਨਹੀਂ ਆਉਂਦੇ। ਮੈਂ ਤਾਂ ਇਹੀ ਗੱਲ ਕਹੂੰਗਾ ਵੀ ਇੱਕ ਮੰਦਾਰੀ ਹੁੰਦਾ, ਉਹਦੇ ਕੋਲ ਇੱਕ ਬਾਂਦਰੀ ਹੁੰਦੀ ਹੈ, ਇੱਕ ਬਾਂਦਰ ਹੁੰਦਾ, ਉਹ ਜਿਵੇਂ ਮਤਲਬ ਨਚਾਉਂਦਾ ਡੰਡੇ ਨਾਲ ਉਵੇਂ ਉੱਪਰ ਨੱਚਦੇ ਨੇ। ਇਹੀ ਇਹ ਦੋ ਲੀਡਰ ਜੇ ਮੈਂ ਗੱਲ ਕਹਿੰਦਾ ਕੰਗਣਾ ਅਤੇ ਬਿੱਟੂ, ਜਿਵੇਂ ਉਹਨੂੰ ਸੈਂਟਰ ਸਰਕਾਰ ਨਚਾਉਂਦੀ ਹੈ ਉਹ ਮਦਾਰੀ ਹੈ, ਇਹ ਉਵੇਂ ਉੱਪਰ ਨੱਚਦੇ ਨੇ। ਇਹ ਬਿਆਨ ਕੰਗਣਾ ਦਾ ਆਪਦਾ ਨਹੀਂ, ਇਹ ਸੈਂਟਰ ਸਰਕਾਰ ਦਾ ਬਿਆਨ ਹੈ, ਚਾਹੇ ਉਹ ਸਿੱਖਾਂ ਦੇ ਖਿਲਾਫ ਹੋਵੇ, ਚਾਹੇ ਕਿਸਾਨ ਲੀਡਰ ਦੇ ਖਿਲਾਫ ਹੋਵੇ, ਚਾਹੇ ਮੁਸਲਮਾਨਾਂ ਦੇ ਖਿਲਾਫ ਹੋਵੇ, ਉਹਦੇ ਖਿਲਾਫ ਹੈ। ਮੈਂ ਤਾਂ ਉਹਨੂੰ ਇਹੀ ਰਹਿ ਥੋੜ੍ਹੇ ਰਾਹੀਂ ਰਹਿ ਜਾਈ ਚਾਹੁੰਦਾ, ਉਹ ਅੱਜ ਫਿਲਮ ਅਦਾਕਾਰ ਨਹੀਂ ਰਹੀ, ਉਹ ਰਾਜਨੀਤਿਕ ਕਿ ਲੀਡਰ ਬਣ ਗਈ, MP ਬਣ ਗਈ, ਲੋਕਾਂ ਦੇ ਮਸਲੇ ਉੱਥੇ ਜਾ ਕੇ ਉਠਾਵੇ, ਜੇ ਕਿਸਾਨਾਂ ਦਾ ਮਸਲਾ ਉਠਾਵੇ, ਮਜ਼ਦੂਰਾਂ ਦਾ ਮਸਲਾ ਉਠਾਵੇ, ਛੋਟੇ ਦੁਕਾਨਦਾਰਾਂ ਦਾ ਮਸਲਾ ਉਠਾਵੇ, ਉਹ ਆਪਦੀ ਫਿਲਮ ਨੂੰ ਵਧਾਉਣ ਵਾਸਤੇ ਬਾਅਦ ਵਧਾਲੇ ਬਿਆਨ ਦਿੰਦੀ ਹੈ। ਇਹ ਦੇਸ਼ ਲਈ ਘਾਤਕ ਨੇ। ਕਹਿੰਦੇ ਉਹ ਕਹਿੰਦੇ ਵੀ ਇੱਥੇ ਬੰਗਲਾਦੇਸ਼ ਬਣਾਉਣਾ ਚਾਹੁੰਦੇ ਸੀ ਉਹ ਦੌਲਣ ਦੇ ਵਿੱਚ, ਕਿਉਂ ਅਸੀਂ ਸਾਡੇ ਇਕੱਲੇ ਪੰਜਾਬ ਦਾ ਦੌਲਣ ਸੀ, ਉਹ ਤਾਂ ਸਾਰੇ ਭਾਰਤ ਦੇ ਮਤਲਬ ਜੇ ਕਹਿ ਦਈਏ ਕਿਸਾਨਾਂ ਦਾ ਦੌਲਣ ਸੀ, ਸਾਰੇ ਵਪਾਰੀ ਉੱਥੇ ਪਹੁੰਚੇ ਨੇ, ਹਿਰਕ ਖਿੱਤੇ ਵਾਲਾ ਲੋਕ ਉੱਥੇ ਪਹੁੰਚੇ ਨੇ, ਵੀ ਉਹ ਇਹੋ ਜਿਹੇ ਨਹੀਂ ਬਿਆਨ ਦੇਣੇ ਚਾਹੀਦੇ ਜਿਹੜਾ ਸਾਡੇ ਦੇਸ਼ ਨੂੰ ਨੁਕਸਾਨ ਕਰਦਾ। ਅਤੇ ਮੈਂ ਤੁਹਾਡੇ ਰਾਹੀਂ ਮੰਗ ਕਰਦਾ ਉੱਥੇ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ 'ਚ ਭੇਜਣਾ ਚਾਹੀਦਾ ਜਿਹੜਾ ਬਾਦ ਬਦਲ ਬਿਆਨ। ਬੜੇ ਜਿਹੜਾ ਇਲਜ਼ਾਮ ਲਗਾਏ ਗਏ ਨੇ ਕਿਸਾਨਾਂ ਦੇ ਉੱਪਰ, ਕਿਸਾਨ ਨੇਤਾਵਾਂ ਦੇ ਉੱਪਰ, ਦਿੱਲੀ ਸੰਘਰਸ਼ ਨੂੰ ਲੈ ਕੇ ਬਲਾਤਕਾਰ ਤੱਕ ਦੇ ਇਲਜ਼ਾਮ ਲਗਾ ਦਿੱਤੇ ਗਏ ਆ ਕਿ ਉੱਥੇ ਗੁੰਡਾਗਰਦੀ ਹੋਈ ਆ, ਤਾਂ ਉਹਨਾਂ ਨੇ ਇੱਥੋਂ ਦੇਖ ਵੀ ਕਹਿੰਦਾ ਕਿ ਮਨਸਾ ਇਹਨਾਂ ਦੀ ਕੋਈ ਹੋਰ ਸੀ ਕਿਸਾਨੀ ਮੁੱਦੇ ਨੂੰ ਲੈ ਕੇ। ਨਹੀਂ, ਸਾਡੀ ਤਾਂ ਮਨਸਾ ਹੈਗੀ ਕਿ ਕਿਸਾਨਾਂ ਦੀਆਂ ਮੰਗਾਂ ਵਾਸਤੇ, ਲੋਕਾਂ ਦੀਆਂ ਮੰਗਾਂ ਵਾਸਤੇ, ਪਰ ਜਿਹੜਾ ਉੱਥੇ ਕੁਛ ਹੋਇਆ ਉਹ ਸਾਡੇ ਵਿਰੋਧੀਆਂ ਨੇ ਕਰਿਆ, ਜਿਹੜੇ ਸਾਡੇ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੇ ਸੀ, ਜੇ ਕਤਲ ਵੀ ਹੋਇਆ ਜਾਂ ਕੁਛ ਵੀ ਹੋਇਆ, ਕੋਈ ਕਿਸੇ ਨੇ ਛੇੜਖਾਨੀ ਕਰੀ ਹੈ, ਉਹ ਜਿਹੜੇ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੇ ਸੀ ਉਹਨਾਂ ਲੋਕਾਂ ਨੇ ਉਹ ਕੰਮ ਕਰਿਆ ਸੀ, ਉਹਦੀ ਅਸੀਂ ਉਹ ਤੁਰਤ ਵੇਲੇ ਨਿਖੇਧੀ ਕੀਤੀ ਸੀ ਵੀ ਗਲਤ ਹੋਇਆ, ਇਹ ਕੰਮ ਨਹੀਂ ਹੋਣਾ ਚਾਹੀਦਾ ਸਾਡੇ ਕਿਸੇ ਕਿਸਾਨ ਲੀਡਰ ਵੱਲੋਂ, ਸਾਡੇ ਵਰਕਰ ਵੱਲੋਂ, ਬਿਲਕੁਲ ਉੱਥੇ ਇਹ ਭੋਰਾ ਵੀ ਨਹੀਂ ਕੋਈ ਗਲਤੀ ਕੀਤੀ ਗਈ, ਸ਼ਾਂਤਮਈ ਅੰਦੋਲਨ ਰੱਖਿਆ। ਉਹ ਘੱਟੋ ਘੱਟ ਦਿੱਲੀ ਦੇ ਆਲੇ ਦੁਆਲੇ 5 ਪਿੰਡ ਵਸੇ ਹੋਏ ਸੀ, 5 ਧਰਨਿਆਂ ਦੇ ਵਿੱਚ ਕਦੀਏ ਲੱਖਾਂ ਦੇ ਗਿਣਤੀ 'ਚ ਲੋਕ ਸੀਗੇ, ਉੱਥੇ ਕਿਵੇਂ ਰਹੀ ਗਏ, ਕਦੇ ਕੋਈ ਚੋਰੀ ਨਹੀਂ ਹੋਈ, ਕੋਈ ਸਮਾਨ ਨਹੀਂ ਚੱਕਿਆ ਗਿਆ, ਜੇ ਉੱਥੇ ਗਲਤ ਕੰਮ ਕਰਿਆ ਸੀ ਉਹ ਸਾਡੇ ਅੰਦੋਲਨ ਦੇ ਵਿਰੋਧੀ ਲੋਕ ਸੀ ਜਿਹੜਾ ਨੇ ਕਰਿਆ ਸੀਗਾ, ਅਸੀਂ ਉਹਦੀ ਨਿੰਦਾ ਕੀਤੀ ਸੀ। ਮੈਂ ਹੁਣ ਦੁਬਾਰੇ ਫਿਰ ਤੁਹਾਡੇ ਰਾਹੀਂ ਕੰਗਣਾ ਨੂੰ ਰਾਜਨੀਤਿਕ ਬਣਨਾ ਚਾਹੀਦਾ, ਫਿਲਮ ਸਟਾਰ ਨਹੀਂ ਰਹਿਣਾ ਚਾਹੀਦਾ, ਉਹ MP ਬਣ ਗਈ, ਲੋਕਾਂ ਦੀਆਂ ਮੰਗਾਂ ਨੂੰ ਪਾਰਲੀਮੈਂਟ ਵਿੱਚ ਚੱਕੇ। ਵਾਰ ਵਾਰ ਕਿਸਾਨਾਂ ਨੂੰ ਜਾਂ ਆਗੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ, ਕੋਈ ਕਮੀ ਹੈ ਜਾਂ ਕੋਈ ਹੋਰ ਮਨਸਾ ਲੱਗਦੀ ਹੈ? ਨਹੀਂ, ਬਿਲਕੁਲ ਨਹੀਂ, ਸਰਕਾਰ ਦੀਆਂ ਮਨਸਾ ਖਰਾਬ ਹੁੰਦੀਆਂ, ਲੜਨ ਵਾਲੇ ਲੋਕਾਂ ਦੀ ਕੋਈ ਮਨਸਾ ਨਹੀਂ ਗਲਤ ਹੁੰਦੀ, ਉਹ ਤਾਂ ਲੋਕਾਂ ਦੀਆਂ ਮੰਗਾਂ ਵਾਸਤੇ ਲੜ ਦਿੰਦੇ ਆਪਦੇ ਦੇਸ਼ ਵਾਸਤੇ। ਹੁਣ ਤਾਂ ਸਾਡੀ ਪੱਕੀ ਧਾਰਨਾ ਹੈ, ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਜਿਹੜੀ ਅਸੀਂ ਮਨਾਉਂਦੇ ਹਾਂ ਆਜ਼ਾਦੀ ਮਨਾਉਂਦੇ ਹਾਂ ਉਹ ਆਜ਼ਾਦੀ ਨਾਲ ਮਨਾਓ,
ਜਿਹੜਾ ਸਾਡਾ ਰਾਸ਼ਟਰੀ ਝੰਡਾ ਉਹ ਨਹੀਂ ਹੋਣਾ ਚਾਹੀਦਾ, 15 ਅਗਸਤ ਮਨਾਉਣਾ ਉਹ ਨਹੀਂ ਹੋਣਾ ਚਾਹੀਦੀ, ਖਾਸਾ ਕੁਛ ਸਾਡੇ ਸੰਵਿਧਾਨ ਨੂੰ ਹਟਾਉਣਾ ਚਾਹੁੰਦੀ ਤਾਂ ਚੰਗਾ ਹੋ ਗਿਆ ਕਿਉਂਕਿ ਘੱਟ ਗਿਣਤੀ 'ਚ ਰਹਿ ਗਏ। ਅਸੀਂ ਤਾਂ ਇਹਨਾਂ ਚੀਜ਼ਾਂ ਦੀ ਰਾਖੀ ਕਰਦੇ ਹਾਂ, ਚਾਹੇ ਕਿਸਾਨ ਲੀਡਰ ਨੇ ਚਾਹੇ ਮਜ਼ਦੂਰ ਲੀਡਰ ਨੇ। ਮੇਰਾ ਕਹਿਣ ਦਾ ਮਤਲਬ ਉਹਨੂੰ ਵਾਦ ਵਾਦ ਦੇ ਬਿਆਨ ਨਹੀਂ ਦੇਣੇ। ਮੇਰਾ ਕਹਿਣਾ ਹੈ ਜੀ ਫਿਲਮ ਨਹੀਂ ਪੰਜਾਬ 'ਚ ਚਲਾਉਣੀ ਚਾਹੀਦੀ, ਜ਼ਿਆਦਾ ਇੱਥੇ ਵਾਦ ਵਿਵਾਦ ਹੋਊਗਾ ਕਿਉਂ ਦੂਜੀਆਂ ਜਥੇਬੰਦੀਆਂ ਵਿਰੋਧ ਕਰਨਗੀਆਂ, ਫਿਰ ਪੰਜਾਬ ਦਾ ਮਾਹੌਲ ਖਰਾਬ ਕਰੂਗੀ। ਇੱਥੇ ਪੰਜਾਬ ਘੱਟੋ ਘੱਟ ਮੈਂ ਤੁਹਾਡੇ ਰਾਹੀਂ ਮੰਗਦਾ ਪੰਜਾਬ 'ਚੋਂ ਫਿਲਮ ਨਹੀਂ ਚੱਲਣੀ। ਦੂਜਾ ਤੁਸੀਂ ਰਵਨੀਤ ਬਿੱਟੂ ਦੀ ਗੱਲ ਕੀਤੀ ਸੀ ਕਿ ਉਹ ਵੀ ਜਿਹੜਾ ਕੇਂਦਰ ਦੇ ਸਾਰਿਆਂ ਤੇ ਜਿਹੜਾ ਗੱਲਬਾਤ ਕਰ ਰਿਹਾ ਭਾਜਪਾ ਦੇ, ਤਾਂ ਜਦੋਂ ਕਿਸਾਨੀ ਸੰਘਰਸ਼ ਚੱਲਿਆ ਸੀ ਉਹ ਬੇਬਾਕੀ ਨਾਲ ਬੋਲਦੇ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਆ, ਕੀ ਲੱਗਦਾ ਹੁਣ ਪਾਰਟੀ ਬਦਲ ਕਰਕੇ ਬਿਆਨ ਇੱਦਾਂ ਹੋਣਗੇ ਜਾਂ ਕੋਈ ਹੋਰ? ਮੈਂ ਇੱਥੋਂ ਵੱਡੀ ਗੱਲ ਕੀ ਕਹੂੰ, ਮੈਂ ਬਾਂਦਰ ਤੇ ਬਾਦਲੀ ਤਾਂ ਕਹੀ ਦਿੱਤਾ, ਸੈਂਟਰ ਸਰਕਾਰ ਨੂੰ ਮਜ਼ਾਰੀ ਕਹਿਤਾ, ਉਹ ਜਿਵੇਂ ਉਹ ਨਚਾਉਂਦੇ ਨੇ ਜੋ ਨੱਚੀ ਜਾਂਦੇ ਨੇ। ਬਿੱਟੂ ਵੀ ਜਿਹੜਾ ਸਾਡੇ ਅੰਦੋਲਨ ਦੇ ਵਿੱਚ ਹਮਾਇਤ ਗਿਆ ਸੀ, ਚਾਹੇ ਲੋਕਾਂ ਨੇ ਉਹਦੀ ਛਿੱਤਰਪਰੇਟੀ ਕਰਤੀ ਸੀ ਉੱਥੇ, ਅਸੀਂ ਉਹਦੀ ਨਿਖੇਧੀ ਕਰੀ ਸੀ ਵੀ ਕੋਈ ਲੀਡਰ ਸਾਡੇ ਅੰਦੋਲਨ ਦੇ ਵਿੱਚ ਆਉਂਦਾ ਉਹਨੂੰ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ, ਆਵੇ ਗੇੜਾ ਮਾਰ ਕੇ ਜਾਵੇ ਬੈਠੇ ਸਟੇਜ 'ਤੇ, ਅਸੀਂ ਕਿਸੇ ਨੂੰ ਚੜ੍ਹ ਨਹੀਂ ਦੇ ਰਾਜਨੀਤਿਕ ਲੋਕਾਂ ਨੂੰ। ਪਰ ਉਦੋਂ ਅਸੀਂ ਚੰਗੇ ਸੀ ਜਦੋਂ ਬਿੱਟੂ ਉੱਥੇ ਗਿਆ ਸੀ, ਨਾ ਲੋਕਾਂ ਤੋਂ ਛਿੱਤਰ ਖਾਧੇ ਸੀਗੇ, ਅੱਜ ਅਸੀਂ ਮਾੜੇ ਹੋ ਗਏ, ਅੱਜ ਅਸੀਂ ਮਤਲਬ ਉਹਦੇ ਆਪ ਸੈਂਟਰ ਸਰਕਾਰ ਨੂੰ ਗਾਲਾਂ ਕੱਢਦਾ ਸੀਗਾ। ਸਰ ਸਾਡਾ ਧਰਨਾ ਤਾਂ ਹੈਗਾ ਹੀ ਹੈਗਾ ਸੀਗਾ, ਪੰਜਾਬ ਦੇ ਜਿੰਨੇ ਉਸ ਮੰਤਰੀ ਦੇ ਰਾਜ ਸਭਾ ਦੇ ਮੈਂਬਰ ਸੀ, ਜਿੰਨੇ ਐਮ ਪੀ ਸੀਗੇ ਸਾਡੇ ਬਰਾਬਰ, ਇਹਨਾਂ ਨੇ ਉੱਥੇ ਜਮਾ ਜਿਹੜਾ ਚੌਂਕ ਆ ਉੱਥੇ ਧਰਨਾ ਰੱਖਿਆ ਗਿਆ, ਮਤਲਬ ਜੰਤਰ ਮੰਤਰ ਚੌਂਕ ਦੇ ਵਿੱਚ ਧਰਨਾ ਰੱਖਿਆ ਗਿਆ, ਦਰਾਂ ਤੋਂ ਉੱਥੇ ਪੈਂਦੇ ਰਹੇ ਨੇ, ਉਦੋਂ ਭਾਈ ਫਿਰ ਕਿਉਂ ਪਏ? ਉਦੋਂ ਸਾਡਾ ਦੋਨੋਂ ਠੀਕ ਸੀ, ਸਾਡਾ ਦੋਨੋਂ ਗਲਤ ਹੋ ਗਿਆ? ਔਰ ਠੀਕ ਹੈ ਇਹ ਲੀਡਰ ਦਾ ਪਾਰਟਨਰ ਦਾ ਬਦਲ ਲੱਗਦਾ ਕਿੱਧਰ, ਮੈਂ ਤਾਂ ਕਹਿੰਦਾ ਉਹਨੇ ਮਾੜੀ ਗੱਲ ਕਰੀ ਹੈ, ਜਿਹੜੇ ਉਹਦੇ ਦਾਦੇ ਨੇ ਕਾਂਗਰਸ ਦੇ ਵਿੱਚ ਇੱਕ ਤਰ੍ਹਾਂ ਦੀ ਆਪਾਂ ਉਹਨੂੰ ਕੁਰਬਾਨੀ ਕਹਿ ਦਈਏ, ਜਾਨ ਦੇ ਦੀ ਜਾਨ ਤਾਂ ਦਿੱਤੀਆਂ ਨਾ, ਉਹ ਮਾਂ ਪਾਰਟੀ ਨੂੰ ਛੱਡ ਕੇ ਇੱਕ ਲਾਸ਼ ਦੇ ਵਿੱਚ ਦੂਜੀ ਪਾਰਟੀ ਦੇ ਨਾਲ ਗਿਆ, ਜਿਹੜੀ ਦੇਸ਼ ਵਿਰੋਧੀ ਪਾਰਟੀ ਹੈ, ਮਜ਼ਦੂਰ ਵਿਰੋਧੀ ਪਾਰਟੀ ਹੈ, ਕਿਸਾਨ ਵਿਰੋਧੀ ਹੈ, ਦੁਕਾਨ ਵਿਰੋਧੀ ਹੈ, ਸਿਰਫ ਹੈਗੀ ਆ ਡਾਨੀਆਂ ਪਾਨੀਆਂ ਦੀ ਪਾਰਟੀ ਹੈ, ਉਸ ਪਾਰਟੀ ਜਾਣਾ ਬਿੱਟੂ ਦੀ ਵੱਡੀ ਗਲਤੀ ਹੈ। ਪੰਜਾਬ ਦੇ ਐਮ ਪੀ ਹੋਣ ਚਾਹੇ ਰਵਨੀਤ ਬਿੱਟੂ ਹੋਵੇ, ਇਹਨੂੰ ਵੀ ਉਹਦਾ ਵੱਡਾ ਦਿੱਤਾ ਗਿਆ ਕੇਂਦਰ ਦੇ ਵਿੱਚ, ਤਾਂ ਦੂਜੇ ਵੀ ਐਮ ਪੀ ਕਾਫੀ ਜਿਹੜੇ ਦਿੱਤੇ ਹੈਗੇ ਨੇ ਪੰਜਾਬ ਦੇ, ਤਾਂ ਉਹਨਾਂ ਤੋਂ ਉਮੀਦ ਕਿਸੇ ਤੋਂ ਹੈਗੀ ਆ ਵੀ ਕਿਸਾਨਾਂ ਲਈ ਪੰਜਾਬ ਲਈ ਕੁਛ ਕਰਨਗੇ? ਨਹੀਂ, ਕੋਈ ਉਮੀਦ ਨਹੀਂ ਉਹਨਾਂ ਤੋਂ, ਬਾਦ ਬਾਦ ਦਾ ਜਿਵੇਂ ਕੰਗਣਾ ਜੀ ਬਿੱਟੂ ਹੈ ਵਾਦ ਵਾਦ ਖੜਾ ਕਰ ਸਕਦੇ ਨੇ, ਸਾਨੂੰ ਉਹਨਾਂ ਤੋਂ ਕੋਈ ਉਮੀਦ ਨਹੀਂ ਹੈ ਕਿ ਨਾ ਉਮੀਦ ਰਹਿਣੀ ਹੈ, ਨਾ ਹੀ ਸਰਕਾਰ ਤੋਂ ਉਮੀਦ ਆ ਵੀ ਕਿਸਾਨਾਂ ਦਾ ਕੁਛ ਕਰੂ, ਬਿਲਕੁਲ ਨਹੀਂ। ਕਿਹੜਾ ਐਮ ਪੀ ਹੁਣ ਤੇ ਵਧੀਆ ਲੱਗਦਾ ਤੁਹਾਨੂੰ ਵੀ ਲੋਕਾਂ ਦੀ ਗੱਲ ਕਰਦਾ, ਲੋਕਾਂ ਦੀ ਆਵਾਜ਼? ਅਸੀਂ ਤਾਂ ਕਹਿੰਦੇ ਜਿਹੜੇ ਕਾਮਰੇਡ ਐਮ ਪੀ ਜਿੱਤ ਕੇ ਗਏ ਨੇ ਸਾਡੀ ਵੱਲ ਗੱਲ ਉਹਨਾਂ ਨੇ ਉਠਾਈ ਆ, ਮੇਰਾ ਕਹਿੰਦਾ 8 ਕੁ ਗਏ ਨੇ ਸਾਰੀਆਂ ਕਮਿਊਨਿਸਟ ਪਾਰਟੀਆਂ ਦੇ, ਉਹਨਾਂ ਨੇ ਸਾਡੀ ਵਧੀਆ ਗੱਲ ਉਠਾਈ ਆ, ਜੇ ਕਹੀਏ ਉਹਨਾਂ ਦੀ ਗੱਲ ਅਸੀਂ ਠੀਕ ਸਮਝ। ਜਿਸ ਤਰ੍ਹਾਂ ਇੱਕ ਕਿਸਾਨੀ ਸੰਘਰਸ਼ ਚੱਲ ਰਿਹਾ, ਲੱਗਦਾ ਉਹਦੇ ਵਿੱਚ ਸਾਰਿਆਂ ਨੂੰ ਸਹੂਲੀਅਤ ਕਰਕੇ ਉਹਨੂੰ ਇੱਕ ਤਰਫਾ ਕਰਨਾ ਚਾਹੀਦਾ, ਜਾਂ ਕਿਉਂਕਿ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਹੈਗਾ ਉੱਥੇ ਕਿਸਾਨ ਬੈਠੇ ਨੇਗੇ, ਹਾਲਾਂਕਿ ਹੁਕਮ ਇਹ ਵੀ ਆ ਗਿਆ ਸੀ ਕਿ ਰਸਤਾ ਖੋਲ ਦਿੱਤਾ ਜਾਵੇ ਤਾਂ ਕਿਸਾਨਾਂ ਨੂੰ? ਨਹੀਂ, ਕਿਸਾਨੀ ਦਾ ਰਸਤਾ ਰੋਕੇ ਨਹੀਂ, ਰਸਤਾ ਤਾਂ ਰੋਕਿਆ ਹਰਿਆਣਾ ਸਰਕਾਰ ਨੇ, ਠੀਕ ਹੈ ਨਾ ਗੱਲ, ਪਰ ਉਹ ਸਾਨੂੰ ਮੈਂ ਇੱਕ ਰਾਇਡ ਦੇਣੀ ਚਾਹੁੰਦਾ ਸੀ, ਜਿਹੜੀ ਰੋਡ ਇੱਕ ਛੱਡ ਦਿੰਦੇ ਇੱਕ ਪਾਸੇ ਉੱਥੇ ਬਹਿ ਜਾਂਦੇ, ਜੇ ਕਿਹਾ ਸਰਕਾਰ ਖੋਲਦੀ ਨਾ ਖੋਲਦੀ ਕੀ ਕਰਦੀ ਉਹ ਜ਼ਿੰਮੇਦਾਰੀ ਦੀ। ਇੱਕ ਹੁਣ ਸਰਕਾਰ ਜਾਂ ਸਾਡੀ ਹਾਈ ਕੋਰਟ ਸਤਿਕਾਰਯੋਗ ਆ ਉਹ ਕਮੇਟੀ ਬਣਾਉਣਾ ਚਾਹੁੰਦੀ ਹੈ, ਕਮੇਟੀ ਬਣਨ ਨਾਲ ਜਿਹੜਾ ਸਾਡਾ ਮਸਲਾ ਹੈਗਾ ਉਹ ਠੰਡੇ ਵਾਸਤੇ ਪਈ, ਕਮੇਟੀ ਕਦੇ ਵਾਸਤੇ ਕਿਸੇ ਮਸਲੇ ਨੂੰ ਹੱਲ ਨਹੀਂ ਕਰਦੀ ਹੁੰਦੀ। ਮੈਂ ਤੁਹਾਡੇ ਰਾਹੀਂ ਰਾਏ ਦੇਣੀ ਚਾਹੁੰਦਾ ਕਿਸਾਨ ਲੀਡਰ ਨੂੰ, ਕੋਈ ਕਮੇਟੀ ਤੇ ਭਰੋਸਾ ਨਾ ਕਰਨ, ਕਮੇਟੀ ਦੀ ਕੋਈ ਨਹੀਂ, ਹਾਂ ਸਿੱਧੀ ਸਰਕਾਰ ਨਾਲ ਗੱਲ ਹੁੰਦੀ ਹੈ, ਸਾਰੀਆਂ ਮੰਗਾਂ ਨਹੀਂ ਮੰਨੀਆਂ, 5-4 ਮੰਗਾਂ ਮੰਨੀ ਦੀਆਂ, ਉਨੀਆਂ ਮੰਗਾਂ ਬਣਾ ਕੇ ਧਰਨੇ ਨੂੰ ਮੁਲਤਵੀ ਕੀਤਾ ਜਾ ਸਕਦਾ, ਪਰ ਜੇ ਕਮੇਟੀ ਬਣਾ ਲਈ ਸਾਡੀਆਂ ਮੰਗਾਂ ਵਿਚਾਲੇ ਲਾਉਂ ਗਈਆਂ ਉਹ ਠੰਡੇ ਪਾਸੇ 'ਚ ਪੈਣਗੀਆਂ, ਉਹ ਗੱਲ ਸਾਡੇ ਲੀਡਰ ਨੂੰ ਨਹੀਂ ਮੰਨਣਗੇ। ਮਸਲੇ ਦੀ ਗੱਲ ਕੀਤੀ ਆ, ਮਸਲਾ ਤਾਂ ਲੋਕ ਇਹ ਵੀ ਕਹਿੰਦੇ ਆ ਜਿਹੜੇ ਕਿਸਾਨ ਨੇ ਜਾਂ ਪੰਜਾਬ ਦੇ ਲੋਕ ਆ, ਕਹਿੰਦੇ ਕਿਸਾਨ ਆਗੂ ਦੀ ਮਸਲੇ ਨੂੰ ਜਿਹੜਾ ਹੱਲ ਕਰਨਾ ਚਾਹੁੰਦੇ, ਪਹਿਲੀਆਂ ਜਥੇਬੰਦੀਆਂ ਬਣਾ ਲਈਆਂ, ਹਰੇਕ ਆਪਣਾ ਆਪਣਾ ਜਿਹੜਾ ਡਮਰੂ ਵਜਾਈ ਜਾਂਦਾ ਹੈ। ਨਹੀਂ, ਜਥੇਬੰਦੀ ਕੋਈ ਨਹੀਂ ਹੁੰਦੀ, ਹੁੰਦੀ ਵੀ ਜਥੇਬੰਦੀ ਇੱਕ ਆਲੂ ਹੈ, ਜਿਹਨੂੰ ਬੋਰੀ 'ਚ ਪਾ ਲਓ ਉੱਥੇ ਮੂੰਹ ਬੰਨ ਦੋ ਅਤੇ ਜਥੇਬੰਦੀ ਬਣ ਗਈ, ਜਦੋਂ ਖੋਲ ਤੋਂ ਖੜੀ ਹੋ ਉਹ ਇੱਕ ਵਿਚਾਰ ਇਕੱਠੇ ਹੁੰਦੇ ਨੇ, ਜਿਹੜੇ ਜਿਹੜੇ ਵਿਚਾਰਾਂ ਦੇ ਬੰਦੇ ਇਕੱਠੇ ਹੁੰਦੇ ਨੇ ਉਹ ਅੱਡ ਦੀ ਜਥੇਬੰਦੀ ਬਣਾ ਲੈਂਦੇ, ਵਿਚਾਰਾਂ ਦਾ ਰੌਲਾ ਹੁੰਦਾ, ਕੋਈ ਕਹਿੰਦਾ ਕਿਹੜੇ ਤਰੀਕੇ ਨਾਲ ਲੜਨਾ, ਕੋਈ ਕਹਿੰਦਾ ਕਿਹੜੇ ਤਰੀਕੇ ਨਾਲ ਲੜਨਾ, ਉਹ ਹੈ
ਫਿਰ ਵੀ ਇੱਕ ਸੋਚ ਸਕਦਾ ਅੱਡ ਹੋ ਕੇ ਵੀ ਅਸੀਂ ਇਕੱਠੇ ਹੋ ਕੇ ਲੜਦੇ ਹਾਂ। ਆਉਣ ਵਾਲੇ ਸਮੇਂ 'ਚ ਦੁਬਾਰੇ ਫਿਰ ਜਿਹੜੇ ਮੋਰਚੇ ਨੇ ਦੁਬਾਰੇ ਇਕੱਠੇ ਹੋਣਗੇ, ਫਿਰ ਦਿੱਲੀ ਘੇਰੀ ਜਾਊਗੀ, ਫਿਰ ਮੁਕਾਬਲੇ। ਮੁੱਦਾ ਇੱਕੋ ਹੀ ਆ, ਵਿਚਾਰ ਫਿਰ ਜੋ ਵੀ ਇੱਕ ਹੋ ਸਕਦੇ ਨਹੀਂ, ਵਿਚਾਰ ਅਡੋਡੀ ਨੇ, ਫਿਰ ਇੱਕ ਮੁੱਦੇ 'ਤੇ ਸਾਂਝ ਬਣ ਜਾਂਦੀ ਹੈ। ਪਹਿਲਾਂ ਵੀ ਸਾਡੇ ਸਾਰਿਆਂ ਦੇ ਵਿਚਾਰ ਅਡੋਡੀ, ਤਾਂ ਹੀ ਜਥੇਬੰਦੀਆਂ ਇੰਨੀਆਂ ਬਣੀ ਦੀਆਂ। ਫਿਰ ਅਸੀਂ ਜਿਹੜੇ ਆਪਦੇ ਵਿਚਾਰ ਛੱਡ ਕੇ ਪਾਸੇ ਕਰਦੇ ਸੀਗੇ, ਚਾਹੇ ਦੂਜੀਆਂ ਦੇ ਸਿੰਘ ਦੇ ਲੀਡਰ ਦੀ, ਚਾਹੇ ਮੈਂ ਦੀ, ਕੋਈ ਸੀਗਾ, ਆਪਦੇ ਵਿਚਾਰ ਪਾਸੇ ਰੱਖ ਤੇ ਜਿਹੜੇ ਮੇਨ ਮੁੱਦੇ ਸੀ ਉਹਨਾਂ ਦੇ ਵਿਚਾਰ ਅੰਦੇ ਜਿਟਾ ਦੇ, ਤਾਂ ਹੀ ਤਾਂ ਲੰਮਾ ਅੰਦੋਲਨ ਜਿੱਤ ਲਿਆ ਸੀ, ਲੜ ਲਿਆ। ਜੇ ਕਰਿਆ, ਜੇ ਉਹ ਆਪਦੇ ਵਿਚਾਰ ਅੰਦੇ ਰਹਿੰਦੇ ਫਿਰ ਤਾਂ ਵਿਚਾਰਾਂ ਨੂੰ ਟਕਰਾ ਆ ਜਾਂਦਾ, ਉੱਥੇ ਲੜ ਹੀ ਨਹੀਂ ਸਕਦੇ ਸੀਗੇ। ਹੁਣ ਵੀ ਵਿਚਾਰ ਸਾਡੇ ਅਡੂਡੀ ਨੇ, ਆਹ ਘੁੰਮ ਸਾਂਝਾ ਮੁੱਦਾ ਆ ਗਿਆ, ਆਪਦੇ ਵਿਚਾਰਾਂ ਨੂੰ ਪਾਸੇ ਰੱਖ ਦਾਂਗੇ, ਫਿਰ ਉਸ ਮੁੱਦੇ 'ਤੇ ਰਹਿਣਾ। ਸੋਸ਼ਲ ਮੀਡੀਆ 'ਤੇ ਅਕਸਰ ਦੇਖਿਆ ਜਾਂਦਾ ਪ੍ਰਧਾਨ ਜੀ, ਇੱਕ ਦੂਜੇ ਦੇ ਖਿਲਾਫ ਬੜੀ ਬਿਆਨਬਾਜ਼ੀ ਹੁੰਦੀ ਆ, ਚਾਹੇ ਪਾਰਟੀ ਬਾਜ਼ੀ ਨੂੰ ਲੈ ਕੇ ਹੋਵੇ, ਧਰਮ ਨੂੰ ਲੈ ਕੇ ਹੋਵੇ, ਜਾਤਾਂ ਪਾਤਾਂ ਨੂੰ ਲੈ ਕੇ ਹੋਵੇ, ਕਿਵੇਂ ਦੇਖਦੇ ਇਸ ਪੂਰੇ ਮਸਲੇ ਨੂੰ? ਜਿਹੜੇ ਲੀਡਰ ਦਾ ਬਿਆਨ ਸਾਡੇ ਚੋਂ ਵੀ ਬਿਆਨ ਦੇ, ਉਹ ਕਡੱਲਿਆ ਨੇ ਬਿਆਨ ਦਿੱਤਾ, ਕਹਿੰਦਾ ਵੀ 3000 ਕਰੋੜ ਰੁਪਇਆ ਕਿੱਥੋਂ ਆਇਆ, ਦਿਖਾ ਦੇ ਮੈਨੂੰ, ਦੱਸ ਦੇ, ਜਿਹੜਾ ਬਾਦ ਬਾਦ ਵਾਲੇ ਬਿਆਨ ਇਹ ਦਿੰਦੇ ਨੇ। ਸਿਆਣੇ ਲੀਡਰ ਨੂੰ ਇਹ ਨਹੀਂ ਬਿਆਨ ਇਹ ਦੇਣੇ ਚਾਹੀਦੇ। ਹਾਂ, ਦੋਨੋਂ ਸਿਰ ਡੁੱਡੀ ਲੜਦੇ ਆ, ਚਾਹੇ ਰਾਜਨੀਤਿਕ ਲੋਕ ਨੇ, ਚਲੋ ਰਾਜਨੀਤਿਕ ਲੋਕ ਤਾਂ ਰਾਜਨੀਤੀ ਕਰਨੀ ਹੈ, ਅਸੀਂ ਤਾਂ ਸੰਘਰਸ਼ ਕਰਨਾ ਨਾ। ਸਾਨੂੰ ਇਹ ਮੈਂ ਡੱਲਿਆਂ ਨੂੰ ਰਾਇ ਦਿੱਤੀ ਸੀ ਵੀ ਅੰਦੋਲਨ ਖੇਡਣ ਦਾ ਸਮਾਂ ਨਹੀਂ ਹੈਗਾ, ਅੰਦੋਲਨ ਹਜੇ ਉਲਟਿਆ ਉਹਨੂੰ ਮੇਰੀ ਗੱਲ ਚੁਬੀ ਵੀ ਗਲਤ ਗੱਲ ਕਹਿੰਦਾ, ਮੈਂ ਰਾਇ ਦਿੱਤੀ ਸੀ ਚੰਗੀ ਵੀ ਹਜੇ ਹੁਣ ਅੰਦੋਲਨ ਆਪਾਂ ਲੜ ਕੇ ਆਏ ਹਾਂ, ਜਿੱਤ ਕੇ ਆਏ ਆ, ਤੁਰਤ ਨਹੀਂ ਅੰਦੋਲਨ ਚੱਲਦੇ ਹੁੰਦੇ, ਅੰਦੋਲਨ 'ਚ 5-4 ਸਾਲ 10 ਸਾਲ ਵਿੱਥੀ ਪਾਉਣੀ ਪੈਂਦੀ ਹੈ। ਅੰਦੋਲਨ ਇਤਿਹਾਸ ਹੈ ਸਾਡਾ, ਚਾਹੇ ਆਜ਼ਾਦੀ ਤੋਂ ਲੈ ਕੇ ਦੇ ਲਓ, ਇੱਕ ਅੰਦੋਲਨ 10-15 ਸਾਲ ਬਾਅਦ ਛਿੜਦਾ ਚੱਲਦਾ ਹੁੰਦਾ ਹੈਗਾ, ਅਤੇ ਤੁਰਤ ਅੰਦੋਲਨ ਚਲਾ ਕੇ ਕਾਰਨ ਕਰਕੇ ਇਸੇ ਕਰਕੇ ਸਾਡਾ ਅੰਦੋਲਨ ਫਸ ਗਿਆ। ਉਹ ਇਕੱਲਾ ਉਹਨਾਂ ਦਾ ਨਹੀਂ ਫਸਿਆ, ਇਹ ਸਾਰੇ ਲੋਕਾਂ ਦਾ ਅੰਦੋਲਨ ਫਸ ਗਿਆ ਇੱਕ ਤਰ੍ਹਾਂ ਦਾ, ਮਤਲਬ ਸੱਪ ਦੇ ਮੂੰਹ 'ਚ ਕੋਹੜ ਗਿਲਡੀ ਹੈ, ਮਤਲਬ ਖਾਂਦਾ ਹੈ ਕੋਹੜੀ ਹੈ, ਛੱਡਦਾ ਕਲੰਕੀ ਹੈ। ਮੇਰਾ ਕਹਿਣ ਦਾ ਮਤਲਬ ਸਰਕਾਰ ਉਹਨਾਂ ਦੀਆਂ ਮੰਗਾਂ ਮੰਨੇ ਅਤੇ ਉਹ ਆਪਦੇ ਅੰਦੋਲਨ ਨੂੰ ਮੁਫ਼ਤ ਕੀਤਾ। ਦੇਖੋ, ਜੇ ਦੁਬਾਰੇ ਉਹ ਪਿੱਛੇ ਆ ਕੇ ਸਾਡੇ ਕਹੋਗੇ, ਦੁਬਾਰੇ ਇਕੱਠੇ ਹੋ ਕੇ ਮੀਟਿੰਗਾਂ ਕਰਾਂਗੇ। ਮੇਰਾ ਖਿਆਲ ਹੈ ਜਿਹੜਾ ਦਿੱਲੀ ਵਾਲੇ ਅੰਦੋਲਨ ਤੋਂ ਪਹਿਲਾਂ ਆਪਣੀਆਂ 50 ਮੀਟਿੰਗਾਂ ਹੋ ਜਾਂਦੀਆਂ, 50 ਮੀਟਿੰਗਾਂ ਤੋਂ ਬਾਅਦ ਫਿਰ ਪਹਿਲਾਂ ਜੇ ਕਹੀਏ ਚੱਕਾ ਜਾਮ ਕੀਤਾ, ਟਰੈਕਟਰ ਮਾਰਚ ਕੀਤਾ, ਫਿਰ ਇੱਥੇ 2 ਮਹੀਨੇ ਰੇਲਾਂ ਰੋਕ ਕੇ ਰੱਖੀਆਂ। 1 ਲੱਖ 'ਚ ਨਹੀਂ ਹੁੰਦਾ ਵੀ ਦਿੱਲੀ ਕਿੰਨੀ ਮੂਵ ਕਰਨਾਗੇ, ਪਹਿਲਾਂ ਲੋਕਾਂ ਨੂੰ ਗਰਮ ਕਰਨਾ ਪੈਂਦਾ ਹੈਗਾ। ਜੇ ਉਹ ਦੁਬਾਰੇ ਸਾਥੀ ਵਾਪਸ ਆ ਜਾਣਗੇ, ਮੋਰਚਾ ਇੱਕ ਬਣ ਜੂਗਾ, ਮੀਟਿੰਗਾਂ ਸੱਦ ਕੇ ਦੁਬਾਰੇ ਲੜਾਈ ਵੱਢਣ ਲੱਗ ਜੂ ਫਰਕ। ਬਿਲਕੁਲ, ਇਹ ਸਨ ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ, ਜਿਨ੍ਹਾਂ ਨੇ ਕਿਹਾ ਕਿ ਕੰਗਨਾ ਰਣੌਤ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਉਹ ਮਦਭਾਗਾ ਹੈਗਾ। ਅਜਿਹੇ ਬਿਆਨ ਜਿਹੜੇ ਰਾਜਨੀਤਿਕ ਲੀਡਰਾਂ ਨੂੰ ਜਿਹੜੇ ਸੋਭਾ ਨਹੀਂ ਦਿੰਦੇ। ਉੱਥੇ ਉਹਨਾਂ ਨੇ ਕਿਹਾ ਕਿ ਹਰ ਇੱਕ ਵਿਅਕਤੀ ਦਾ ਜਿਹੜਾ ਅਧਿਕਾਰ ਹੈ ਕਿ ਉਹ ਆਪਣੇ ਮੰਗਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਸ਼ਾਂਤਮਈ ਢੰਗ ਦੇ ਨਾਲ ਕਰ ਸਕਦਾ। ਕਹਿੰਦੇ ਉੱਥੇ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਕਿਸਾਨੀ ਅਤੇ ਮਜ਼ਦੂਰਾਂ ਦੇ ਮੁੱਦਿਆਂ ਨੂੰ ਲੈ ਕੇ ਵੀ ਜਿਹੜਾ ਅੰਦੋਲਨ ਵਿੱਢਿਆ ਜਾ ਸਕਦਾ। ਅਮਰਜੀਤ ਸਿੰਘ, ਪੰਜਾਬ ਤੱਕ, ਮਾਨਸਾ।